ਹੁਸ਼ਿਆਰਪੁਰ ਵਿਖੇ ਮੁੱਖ ਘੰਟਾ ਘਰ ਬਾਜ਼ਾਰ ਕੋਲ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਦੀਆਂ ਦੋ ਮਨੀ ਟ੍ਰਾਂਸਫਰ ਦੀਆਂ ਦੁਕਾਨਾਂ ਤੋਂ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਦੁਕਾਨਦਾਰਾਂ ਨੇ ਇਸ ਚੋਰੀ ਨਾਲ ਹੋਏ ਨੁਕਸਾਨ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੋਰੀ ਦੌਰਾਨ ਚੋਰ ਦੁਕਾਨਾਂ ਵਿੱਚੋਂ 60,000 ਰੁਪਏ ਦੀ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ ਹਨ। ਉਹਨਾਂ ਦੱਸਿਆ ਕਿ ਬਾਕੀ ਹੋਰ ਕਿੰਨਾ ਕੁ ਨੁਕਸਾਨ ਹੋਇਆ ਹੈ ਉਹ ਤਾਂ ਪੜਤਾਲ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ। ਉਹਨਾਂ ਦੱਸਿਆ ਕਿ ਇਸ ਚੋਰੀ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸ਼ਿਵਦਿਆਲ ਕਿਹੜੀ ਮਾਰਕੀਟ ਹੈ? ਇਹ ਜਲੰਧਰ ਰੋਡ ਆ। ਕੀ ਗੱਲ ਆ? ਹਾਂਜੀ, ਉਹ ਸਾਡਾ ਮਨੀ ਟ੍ਰਾਂਸਫਰ ਦਾ ਕੰਮ ਹੈਗਾ, ਰੋਇਲ ਮਨੀ ਐਕਸਚੇਂਜ ਨਾਮ। ਕੀ ਵਾਰਦਾਤ? ਵਾਰਦਾਤ ਤਾਂ ਸਾਨੂੰ ਫੋਨ ਹੀ ਗਿਆ, ਕਹਿੰਦੇ ਤੁਹਾਡੀ ਦੁਕਾਨ ਦਾ ਸ਼ਟਰ ਇੱਥੋਂ ਚੱਕਿਆ ਪਿਆ, ਟੁੱਟਾ ਪਿਆ, ਅਤੇ ਉਸ ਤੋਂ ਬਾਅਦ ਫਿਰ ਅਸੀਂ ਆ ਗਏ ਇੱਥੇ, ਆ ਕੇ ਦੇਖਿਆ ਤਾਂ ਹਾਲਾਤ ਬਣੇ ਸੀ ਮੂਹਰੇ। ਕਿੰਨਾ ਕੁ ਨੁਕਸਾਨ ਆ? ਨੁਕਸਾਨ ਤਾਂ ਹੁਣ ਮੈਡਮ ਨੇ ਆ ਕੇ ਫਿਰ ਪਤਾ ਲੱਗੂਗਾ ਕਿੰਨਾ ਕੁ ਸੀ ਕੀ ਹੋਇਆ। ਉੱਧਰੋਂ DVDR ਵਗੈਰਾ ਸਾਡੇ ਲੈ ਗਏ, ਉਹ ਕੋਇਨ ਵਗੈਰਾ ਪਏ ਉਸ ਜਗ੍ਹਾ ਚਾਂਦੀ ਦੇ ਸੀ, ਉਹ ਵੀ ਲੈ ਗਏ ਛੱਕੇ। ਬਾਕੀ ਵੈਸਟਰਨ ਯੂਨੀਅਨ ਦਾ ਅਤੇ ਕਰੰਸੀ ਨਾ ਮਨੀ ਟ੍ਰਾਂਸਫਰ ਦਾ ਹੀ ਆ, ਜਿਹੜਾ ਵੈਸਟਰਨ ਯੂਨੀਅਨ ਹੋ ਗਿਆ ਸੀ। ਹਾਂਜੀ, ਨਾਲ ਹੀ ਤਾਂ ਹੈਗਾ ਥਾਣਾ ਜੀ। ਥਾਣੇ ਦੇ ਨਾਲ ਤੁਹਾਡੇ ਪੰਜਾਬ ਨੈਸ਼ਨਲ ਬੈਂਕ ਆ, ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਆ ਕੋਈ ਪਤਾ ਨਹੀਂ ਲੱਗਦਾ ਜੀ। ਗੌਰਵ ਕੁਮਾਰ ਕਿੱਥੇ ਦੁਕਾਨ ਹੈ ਤੁਹਾਡੀ? ਜਲੰਧਰ ਰੋਡ ਨੀਅਰ PNB ਬੈਂਕ। ਵਾਰਦਾਤ ਜੀ, ਸਵੇਰੇ ਫੋਨ ਆਇਆ ਹੈਗਾ ਮੈਡਮ ਉਹਨਾਂ ਦਾ ਕਿ ਦੁਕਾਨ ਦੇ ਸ਼ਟਰ ਤੋੜੇ ਹੋਏ, ਜਦੋਂ ਆ ਕੇ ਦੇਖਿਆ ਤਾਂ ਖਲਾਰਾ ਪਿਆ ਹੋਇਆ ਸੀ। ਅੱਧਾ ਕਿਲੋਮੀਟਰ ਥਾਣਾ ਹੈ ਅਤੇ ਨਾਲ ਹੀ ਮੇਨ ਬ੍ਰਾਂਚ PNB ਹੈ, ਇਹਦੇ ਨਾਲ ਲੱਗਦੀ ਕੰਧ ਵੱਡੀ ਵੱਡੀ ਚੋਰੀ ਹੋਣੀ ਹੈ। ਨਾਲ ਜਿਹੜੀ ਆ ਕੰਧ ਪਿੱਛੇ ਦੇ ਰਹੇ, ਨਾਲ ਬੈਂਕ ਦੀ ਕੰਧ ਹੈ, ਤਾਂ ਵੀ ਦੇਖ ਲਓ ਕੋਈ ਖੌਫ ਨਹੀਂ ਹੈਗਾ ਚੋਰਾਂ ਨੂੰ। ਹਾਂਜੀ ਆਈ ਹੈ, ਕਰਕੇ ਗਏ ਚੈੱਕ, ਸਾਰਾ ਕੁਛ ਲੱਗਦਾ ਕਰਨਗੇ। ਕੀ ਕਹਿਣਾ? ਉਹ ਤਾਂ ਕਹਿੰਦੇ ਅਸੀਂ ਜਲਦ ਤੋਂ ਜਲਦ ਚੋਰ ਜਿਹੜੇ ਵੀ ਆ ਕੇ ਫੜਾਂਗੇ। ਮੰਗ ਇਹੀ ਹੈ ਸਰ, ਜੋ ਨੁਕਸਾਨ ਹੋਇਆ ਜਿਹਨਾਂ ਨੂੰ ਕੀਤਾ ਨੁਕਸਾਨ, ਉਹਨਾਂ ਦੇ ਨਕੇਲ ਕੱਸੀ ਜਾਵੇ। ਕੀ ਕਰੰਸੀ ਵਗੈਰਾ ਵੀ ਤੁਸੀਂ ਮਨੀ ਐਕਸਚੇਂਜ ਦਾ ਕੰਮ ਕਰਦੇ ਹੋ? ਸਰ ਸਾਡਾ ਵੈਸਟ ਮਨੀਗ੍ਰਾਮ ਰੀਆ ਪਾਸਪੋਰਟ ਲਾਇਸੈਂਸ ਇਹ ਕੰਮ ਹੈਗਾ ਆ, ਅਤੇ ਬਾਕੀ ਕੈਸ਼ ਹੈਗਾ ਪਿਆ ਥੋੜ੍ਹਾ ਬਹੁਤ, ਉਹ ਵੀ ਲੈ ਗਏ। ਕਿੰਨਾ ਨੁਕਸਾਨ ਆਇਆ ਸਰ? ਮੋਟਾ ਮੋਟਾ 60-70 ਹਜ਼ਾਰ ਹੈਗਾ, ਬਾਕੀ ਆਹਦਾ ਜੋ ਤੋੜ ਭੰਨ ਕਰਕੇ ਇਹਦਾ ਲੱਗ ਜਾਣਾ ਜੀ। ਸਭ ਕੁਝ ਕੈਮਰੇ ਕੁਮਰੇ ਨਾਲ ਹੀ ਲੈ ਗਏ। ਇੱਕ ਰਾਤ ਦੇ ਵਿੱਚ ਉਹਨਾਂ ਨੇ ਦੋ ਇਕੱਠੀਆਂ ਸ਼ੋਪਾਂ 'ਤੇ ਚੋਰੀ ਕੀਤੀ ਹੋਈ, ਵੈਸੇ ਉਹਨੂੰ ਇੱਕ ਗਲੀ 'ਚ ਇੱਕ ਬਾਹਰ। ਉੱਧਰ DSP ਹੁਸ਼ਿਆਰਪੁਰ ਦੀਪਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਇਸ ਵਾਰਦਾਤ ਨੂੰ ਟਰੇਸ ਕੀਤਾ ਜਾਵੇਗਾ। ਫਿਲਹਾਲ ਪੁਲਿਸ ਦੋਸ਼ੀਆਂ ਦੀ ਭਾਲ ਵਿੱਚ ਜੁਟ ਚੁੱਕੀ ਹੈ। ਜੀ ਸਰ, ਜਿਹੜੀਆਂ ਚੋਰੀਆਂ ਹੋਈਆਂ ਕੀ ਮਤਲਬ? ਘੰਟਾ ਘਰ ਤੋਂ ਜਲੰਧਰ ਰੋਡ 'ਤੇ ਦੋ ਸ਼ੋਪਸ ਨੇ, ਰੋਇਲ ਮਨੀ ਐਕਸਚੇਂਜ ਅਤੇ ਯੂਨੀਕ ਐਂਟਰਪ੍ਰਾਈਜ਼, ਇਹ ਦੋ ਦੁਕਾਨਾਂ 'ਤੇ ਚੋਰੀਆਂ ਹੋਈਆਂ, ਅਤੇ ਬਾਕੀ ਹੁਣ ਸਾਡੀ ਟੀਮ ਇੱਥੇ ਪਹੁੰਚ ਗਈ ਹੈ, ਅਸੀਂ ਕੈਮਰਾ ਚੈੱਕ ਕਰਦੇ ਹਾਂ, ਬਾਕੀ ਸੋਰਸਿਸ ਲਾਉਂਦੇ ਹਾਂ, ਅਤੇ ਜਿੱਦਾਂ ਇਨਵੈਸਟੀਗੇਸ਼ਨ ਚੀਜ਼ਾਂ ਸਾਹਮਣੇ ਆਉਂਦੀਆਂ ਜਲਦੀ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਹਮਣੇ ਕਿੰਨੀਆਂ ਦੁਕਾਨਾਂ 'ਤੇ ਸਰ ਜਿਹੜੀ ਬੇਸਿਕਲੀ ਚੋਰੀ ਹੋਈ ਹੈ? ਦੋ ਦੁਕਾਨਾਂ 'ਤੇ ਸਾਹਮਣੇ ਹੋਈ। ਕਾਹਦੀਆਂ ਦੁਕਾਨਾਂ 'ਤੇ ਚੋਰੀ? ਮਨੀ ਐਕਸਚੇਂਜ। ਸਰ ਕੁਛ ਮਾਲਕ ਇਹਨਾਂ ਦੇ ਜਿਹੜੇ ਆ ਗਏ? ਉਹਨਾਂ ਨਾਲ ਹੋ ਰਿਹਾ ਜੀ ਕੰਟੈਕਟ, ਹੋ ਰਿਹਾ ਟੀਮ ਕੋਈ ਅਗਲੀ ਤਫਤੀਸ਼ ਸਾਹਮਣੇ ਆਇਆ ਸਰ? ਬਸ ਸਟਾਰਟ ਕਰਤੀ ਹੈ, ਜਿੱਦਾਂ ਹੀ ਸਾਹਮਣੇ ਆਉਂਦਾ ਸਾਨੂੰ।